ਡੇਰਾ ਬਿਆਸ ਦੇ ਨਵੇਂ ਉੱਤਰਾਧਿਕਾਰੀ ਨੇ ਸੰਗਤ ਨੂੰ ਦਰਸ਼ਨ ਦਿੱਤੇ ਨੇ ਤੇ ਸੰਗਤਾਂ ਵੀ ਦਰਸ਼ਨ ਕਰਕੇ ਨਿਹਾਲ ਹੋਈਆਂ ਨੇ। ਦੱਸ ਦਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਡੇਰਾ ਬਿਆਸ ਦੇ ਨਵੇਂ ਸਰਪ੍ਰਸਤ ਜਸਦੀਪ ਸਿੰਘ ਗਿੱਲ ਵੀ ਪਹੁੰਚੇ ਤੇ ਉਹਨਾਂ ਨੇ ਭਵਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਬੈਠੀ ਸੰਗਤ ਨੂੰ ਦਰਸ਼ਨ ਦਿੱਤੇ ਨੇ, ਜਿਸ ਤੋਂ ਬਾਅਦ ਸੰਗਤ ਦੇ ਵੱਲੋਂ ਜੈਕਾਰੇ ਛੱਡੇ ਗਏ ਤੇ ਨਾਲ ਹੀ ਨਵੇਂ ਸਰਪ੍ਰਸਤ ਜਸਦੀਪ ਸਿੰਘ ਗਿੱਲ ਦੀ ਵੀਡੀਓ ਵੀ ਬਣਾਈ ਗਈ। ਦੱਸ ਦਈਏ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਲੰਧਰ ਪਹੁੰਚੇ, ਜਿੱਥੇ ਉਹਨਾਂ ਦੇ ਨਾਲ ਨਵੇਂ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਰਹੇ ਤੇ ਉਹਨਾਂ ਦੇ ਵੱਲੋਂ ਜਲੰਧਰ ਦੇ ਜੇਲ੍ਹ ਚੌਂਕ 'ਚ ਬਣੇ ਇੱਕ ਮਿਸ਼ਨ ਕੰਪਾਊਂਡ ਦੇ ਨਜ਼ਦੀਕ ਰਾਧਾ ਸਵਾਮੀ ਭਵਨ ਦੇ ਵਿੱਚ ਪਹੁੰਚ ਕੇ ਸੰਗਤ ਨੂੰ ਦਰਸ਼ਨ ਦੀਦਾਰੇ ਦਿੱਤੇ ਨੇ। ਸੰਗਤ ਦੇ ਵੱਲੋਂ ਜਿੱਥੇ ਜਸਦੀਪ ਸਿੰਘ ਗਿੱਲ ਦੇ ਦਰਸ਼ਨ ਕੀਤੇ ਗਏ ਤਾਂ ਉੱਥੇ ਕਈਆਂ ਦੇ ਵੱਲੋਂ ਉਹਨਾਂ ਦੀ ਵੀਡੀਓ ਵੀ ਬਣਾਈ ਗਈ। ਦੱਸ ਦਈਏ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੇ ਵੱਲੋਂ ਡੇਰਾ ਬਿਆਸ ਲਈ ਨਵੇਂ ਸਰਪ੍ਰਸਤ ਦੀ ਚੋਣ ਕਰ ਲਈ ਗਈ ਹੈ ਤੇ ਜਸਦੀਪ ਸਿੰਘ ਗਿੱਲ ਹੁਣ ਇਸ ਡੇਰੇ ਦੇ ਸਰਪ੍ਰਸਤ ਹੋਣਗੇ, ਜਿਨ੍ਹਾਂ ਨੂੰ ਸੰਗਤ ਦੇ ਰੂਬਰੂ ਕਰਵਾਇਆ ਗਿਆ ਹੈ। ਸੰਗਤ ਦੇ ਵੱਲੋਂ ਵੀ ਜਸਦੀਪ ਸਿੰਘ ਗਿੱਲ ਨੂੰ ਅਥਾਹ ਪਿਆਰ ਦਿੱਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ।